ਜਸਦੀ ਨੇਚਾ ਸਦਾ ਸਾਡਾ ਇੱਕ ਓਂਕਾਰ ਉੱਤੇ ਸਾਬਤ ਸੋਹਣੀਆਂ ਸੂਰਤਾਂ ਉਸ ਦੀਆਂ ਨੇ ਡੋਰੀ ਸਦਾ ਰੱਖੀ ਸਿਰਜਣਹਾਰ ਉੱਤੇ ਅਸਾਂ ਉਸ ਅਕਾਲ ਦੇ ਹੁਕਮ ਅੰਦਰ ਤੁਰਨਾ ਸਿੱਖਿਆ ਤਿੱਖੀ ਤਲਵਾਰ ਉੱਤੇ ਭਾਣਾ ਮੰਨ ਕੇ ਮਿੱਠਾ ਪਰਮਾਤਮਾ ਦਾ ਸਦਾ ਖੇਡੀਏ ਖੰਡੇ ਦੀ ਧਾਰ ਉੱਤੇ ਪੱਕੇ ਥੰਮ ਹਾਂ ਕੁਤਬ ਦੀ ਲਾਟ ਨਾਲੋਂ ਤੇ ਅਸਾਂ ਪੈਰਾਂ ਤੋਂ ਥਿੜਕਣਾ ਸਿੱਖਿਆ ਨਾ ਬਣੇ ਹੋਏ ਫਲਾਦੀ ਸਰੀਰ ਸਾਡੇ ਸ਼ੀਸ਼ੇ ਵਾਂਗਰਾਂ ਥਿੜਕਣਾ ਸਿੱਖਿਆ ਨਾ ਹੱਥੀ ਪੈਣਾ ਸੁਹਾਗ ਦੇ ਲਾਲ ਚੂੜੇ ਤੇ ਅਸਾਂ ਦੁੱਧ ਕੋਈ ਰਿੜਕਣਾ ਸਿੱਖਿਆ ਨਾ ਸ਼ਰਨੀ ਆਇਆ ਨੂੰ ਗੱਲ ਦੇ ਨਾਲ ਲਾਈਏ ਤੇ ਅਸਾਂ ਕਿਸੇ ਨੂੰ ਝਿੜਕਣਾ ਸਿੱਖਿਆ ਨਾ ਪਰਮ ਪੂਜਨੀਕ ਸਤਿਕਾਰਯੋਗ ਸਾਹ ਸੰਗਤ ਜੀ ਪੇਸ਼ ਕਰ ਰਹੇ ਹਾਂ ਉਸ ਰੱਬੀ ਕਲਾ ਦਾ ਨਮੂਨਾ ਦੁਨੀਆ ਸਾਜਨਹਾਰੇ ਦੇ ਚਰਨਾਂ ਵਿੱਚ ਜੇ ਚਾਹੇ ਉਹ ਤਖ਼ਤ ਬਿਠਾ ਦੇ ਜੇ ਚਾਹੇ ਤੇ ਉਹ ਪੀਖ ਮੰਗਾ ਦੇ ਸ਼ਹਿਰ ਕਹਿੰਦਾ ਹੈ ਬਾਦਸ਼ਾਹ ਦੇ ਪਲੰਘ ਨਿਵਾਰਦੇ ਨੇ ਧੂਣਾ ਫਖਰਦਾ ਜੰਡ ਪਲਾ ਹੁੰਦਾ ਅੱਜ ਵੇਖੀਏ ਮਾਰਦਾ ਹੁਸਨ ਚਮਕਾਂ ਅਤੇ ਕੱਲ੍ਹ ਨੂੰ ਢੇਰ ਸਵਾਹ ਹੁੰਦਾ ਮਨੀ ਫਨੀ ਨੇ ਸੀਸ ਤੇ ਰੱਖ ਦਿੱਤੀ ਰੱਬ ਕਿਹੋ ਜਿਹਾ ਬੇਪਰਵਾਹ ਹੁੰਦਾ ਬੱਗਾ ਰੰਗ ਬਣਾਤਾ ਬਗਲਿਆਂ ਦਾ ਕੋਲਾਂ ਬੁਲਬੁਲਾਂ ਰੰਗ ਸਿਆਹ ਹੁੰਦਾ ਆਓ ਤੱਕੀਏ ਚੋਕ ਛੰਦ ਦੀਆਂ ਲੈਣਾਂ ਕਵੀ ਸ਼੍ਰੀ ਜਥਾ ਭਾਈ ਜਰਨੈਲ ਸਿੰਘ ਸੁਭਰਾਵਾਂ ਵਾਲੇ ਸਾਹ ਦੇ ਰਹੇ ਨੇ ਭਾਈ ਮੇਜਰ ਸਿੰਘ ਜੀ ਅਤੇ ਭਗਵੰਤ ਸਿੰਘ ਜੀ ਗਿੱਲ ਇਉਂ ਬੇਨਤੀ ਕੀਤੀ ਜਾ ਰਹੀ ਹੈ ਮੇਰਾ ਸਿਰ ਝੁਕਦਾ ਦਾਤਾ ਤੇਰੀ ਖਦਾਈ ਨੂੰ ਬੀਤ ਗਏ ਜੋਗੇ ਅਨੇਕਾਂ ਦੁਨੀਆ ਬਣਾਈ ਨੂੰ ਕਰਦੇ ਨੇ ਜੀਵ ਜੰਤ ਸਭ ਤੇਰੀ ਵਡਿਆਈ ਨੂੰ ਧਰਤੀ ਆਕਾਸ਼ ਖਲਾਰੇ ਵੇਖਿਆ ਬਿਨ ਕੰਧਾਂ ਤੋਂ ਮੈਂ ਤਾਂ ਹੈਰਾਨ ਦਾਤਿਆ ਤੇਰਿਆਂ ਰੰਗਾਂ ਤੋਂ ਤੇਰਾ ਕੋਈ ਅੰਤ ਨਹੀਂ ਆਉਂਦਾ ਉਹ ਲੱਖਾਂ ਪਤਾਲ ਬਣਾਏ ਲੱਖਾਂ ਆਕਾਸ਼ ਤੂੰ ਕੈਸੇ ਢੰਗ ਨਾਲ ਬਣਾਈ ਆਪੇ ਦਿਨ ਰਾਤ ਤੂੰ ਸੂਰਜ ਤੇ ਚੰਦ ਬਣਾ ਕੇ ਕੀਤਾ ਪ੍ਰਕਾਸ਼ ਤੂੰ ਤੇਰਾ ਦਸ ਲੇਖਾ ਕਿਵੇਂ ਸਕਦਾ ਉਤਾਰ ਮੈਂ ਦੁਨੀਆ ਬਣਾਉਣ ਵਾਲਿਆ ਤੈਥੋਂ ਬਲਹਾਰ ਮੈਂ ਦੁਨੀਆ ਸਜਾਉਣ ਵਾਲਿਆ ਉਹ ਕਿੱਥੇ ਦੱਸ ਬਹਿਕੇ ਦਾਤਾ ਘੜਿਆ ਸੰਸਾਰ ਨੂੰ ਸਪਨਾ ਦੀ ਵੱਖੋ ਵੱਖਰੀ ਧੜਦਾ ਏ ਨਹਾਰ ਨੂੰ ਲੱਤਾਂ ਬੇਗਿਣਤ ਲਾਤੀਆਂ ਕੀੜੇ ਕਮਿਆਰ ਨੂੰ ਤੁਰਦੇ ਕਈ ਜੀਵ ਵਿਚਾਰੇ ਵੇਖਿਆ ਬਿਨ ਟੰਗਾਂ ਤੋਂ ਮੈਂ ਤਾਂ ਹੈਰਾਨ ਦਾਤਿਆ ਤੇਰਿਆਂ ਰੰਗਾਂ ਤੋਂ ਤੇਰਾ ਕੋਈ ਅੰਤ ਨਾ ਆਵੇ ਉਹ ਨਕਸ਼ੇ ਬਹਿ ਖੜਦਾ ਕਿੱਥੇ ਜੂਨ 84 ਦੇ ਪਿੱਛੇ ਤੂੰ ਮੌਤ ਖਲਾਰੀ ਦੁਨੀਆ ਦੀ ਚਾਕੀ ਦੇ ਨਿੱਕੀ ਜੀ ਕੀੜੀ ਤੇਰੀ ਲੜਜੇ ਜੇ ਹਾਥੀ ਦੇ ਚੱਲਦਾ ਨਾ ਜੋਰ ਕੋਈ ਫਿਰ ਵੇਖਿਆ ਵਿਚਾਰ ਮੈਂ ਦੁਨੀਆ ਬਣਾਉਣ ਵਾਲਿਆ
ਤੈਥੋਂ ਬਲਹਾਰ ਮੈਂ ਦੁਨੀਆ ਸਜਾਉਣ ਵਾਲਿਆ ਮੰਨ ਗਿਆ ਹਾਂ ਮੈਂ ਤਾਂ ਤੇਰੀਆਂ ਦਾਤਾ ਤਰਤੀਬਾਂ ਨੂੰ ਆਪੇ ਅਮੀਰ ਬਣਾਵੇ ਆਪੇ ਗਰੀਬਾਂ ਨੂੰ ਸਭਨਾ ਦੇ ਵੱਖੋ ਵੱਖਰੇ ਲਿਖਦਾ ਨਸੀਬਾਂ ਨੂੰ ਗਲੀਆਂ ਵਿੱਚ ਰੁਲਦੇ ਵੇਖੇ ਸੋਹਣੇ ਵੱਧ ਚੰਦਾ ਤੋਂ ਮੈਂ ਤਾਂ ਹੈਰਾਨ ਦਾਤਿਆ ਤੇਰਿਆਂ ਰੰਗਾਂ ਤੋਂ ਤੇਰਾ ਕੋਈ ਅੰਤ ਨਹੀਂ ਆਉਂਦਾ ਉਹ ਕਈਆਂ ਨੂੰ ਸੂਰਤ ਦਿੱਤੀ ਸੋਹਣੀ ਵੱਧ ਫੁੱਲਾਂ ਤੋਂ ਦੁੱਧ ਚਿੱਟੇ ਦੰਦ ਕਈਆਂ ਦੇ ਨਰਮੇ ਦੀਆਂ ਗੁੱਲਾਂ ਤੋਂ ਕਈਆਂ ਨੂੰ ਕੋਝੀ ਕੜੀਆਂ ਦਾਚੀ ਦੀਆਂ ਬੁੱਲਾਂ ਤੋਂ ਹੁੰਦਾ ਦੰਗ ਵੇਖ ਵੇਖ ਕੇ ਐਸੀ ਨਹਾਰ ਮੈਂ ਦੁਨੀਆ ਬਣਾਉਣ ਵਾਲਿਆ ਤੈਥੋਂ ਬਲਹਾਰ ਮੈਂ ਦੁਨੀਆ ਸਜਾਉਣ ਵਾਲਿਆ ਕਈਆਂ ਨੂੰ ਦੇਹੀ ਦੇਵੇਂ ਸੁੰਦਰ ਨਰੋਗ ਤੂੰ ਕਈਆਂ ਨੂੰ ਲਾਇਆ ਦਾਤਾ ਘੋੜ ਦਾ ਰੋਗ ਤੂੰ ਕਈਆਂ ਦੀ ਵਿੱਚ ਕਿਸਮਤ ਦੇ ਲਿਖਤਾ ਵਜੋਗ ਤੂੰ ਪ੍ਰੀਤਮ ਤੋਂ ਵਿਛੜ ਤੁਰ ਗਏ ਰਾਂਝੇ ਜੋ ਚੰਗਾ ਤੋਂ ਮੈਂ ਤਾਂ ਹੈਰਾਨ ਦਾਤਿਆ ਤੇਰਿਆਂ ਰੰਗਾਂ ਤੋਂ ਤੇਰਾ ਕੋਈ ਅੰਤ ਨਾ ਆਵੇ ਕਈਆਂ ਦੀ ਕਿਸਮਤ ਦੇ ਵਿੱਚ ਲਿਖ ਕੇ ਤੇਰਾ ਅੱਜ ਤੂੰ ਵਾਧੇ ਕੰਗਾਲਾਂ ਤੋਂ ਵੀ ਕਰਦਾ ਬਰਬਾਦ ਤੂੰ ਜਿੰਦਾ ਦਲੀ ਪਵਚਾਰੇ ਕੀਤੇ ਮਥਾਜ ਤੂੰ ਕਹਿੰਦਾ ਜਰਨੈਲ ਕਵੀਸ਼ਰ ਜਿੱਤ ਕੇ ਗਿਆ ਹਾਰ ਮੈਂ ਦੁਨੀਆ ਬਣਾਉਣ ਵਾਲਿਆ ਤੈਥੋਂ ਬਲਹਾਰ ਮੈਂ ਦੁਨੀਆ ਸਜਾਉਣ ਵਾਲਿਆ ਰਹਿੰਦਾ ਨਿਤ ਰੰਗ ਬਰੰਗੇ ਧੜਦਾ ਕਲਬੂਤਾਂ ਨੂੰ ਚਿੱਤਰ ਤੇ ਗੁਬਤ ਸੁਣੀ ਦੇ ਲਿਖਦੇ ਕਰਤੂਤਾਂ ਨੂੰ ਕੱਢਣ ਲਈ ਜਾਣ ਬੰਦੇ ਦੀ ਤੂੰ ਭੇਜੇ ਜਮਦੂਤਾਂ ਨੂੰ ਡਰਦਾ ਦਿਲ ਤਾਈਓ ਤੇਰੇ ਸਖਤ ਪ੍ਰਬੰਧਾਂ ਤੋਂ ਮੈਂ ਤਾਂ ਹੈਰਾਨ ਦਾਤਿਆ ਤੇਰਿਆਂ ਰੰਗਾਂ ਤੋਂ ਤੇਰਾ ਕੋਈ ਅੰਤ ਨਹੀਂ ਆਉਂਦਾ ਉਹ ਜੇ ਤੂੰ ਦਿਲਦਾਰ ਪਿਆਰਾ ਓਲਾ ਕਿਉਂ ਰੱਖਦਾ ਤੂੰ ਰਹਿੰਦਾ ਏ ਕਿੱਥੇ ਆਪਣਾ ਭੇਤ ਨਹੀਂ ਦੱਸਦਾ ਤੂੰ ਬਾਬੇ ਦੀ ਬਾਣੀ ਕਹਿੰਦੀ ਘਟ ਘਟ ਵਿੱਚ ਵਸਦਾ ਤੂੰ ਥੱਕ ਗਿਆ ਹਾਂ ਟੂੰਡ ਟੂੰਡ ਕੇ ਸਾਰਾ ਸੰਸਾਰ ਮੈਂ ਦੁਨੀਆ ਬਣਾਉਣ ਵਾਲਿਆ ਤੈਥੋਂ ਬਲਹਾਰ ਮੈਂ ਦੁਨੀਆ ਸਜਾਉਣ ਵਾਲਿਆ ਪੇਸ਼ ਕਰ ਰਹੇ ਹਾਂ ਕਵੀ ਸ਼੍ਰੀ ਯੁੱਗ ਦਾ ਇੱਕ ਨਵਾਂ ਛੰਦ ਭਾਰਤ ਜਿੱਥੇ ਨਾਮ ਜਪਣਾ ਵੰਡ ਕੇ ਛਕਣਾ ਸਰਬੱਤ ਦਾ ਭਲਾ ਮੰਗਣਾ ਗੁਰੂ ਨਾਨਕ ਦਾਤਾ ਜੀ ਨੇ ਉਪਦੇਸ਼ ਦਿੱਤਾ ਅੱਜ ਉਸ ਦੇਸ਼ ਵੱਲ ਵੇਖਿਆ ਜਾਏ ਅਨੇਕਾਂ ਨਕਲੀ ਗੁਰੂ ਔਰ ਰੱਜੇ ਹੋਇਆਂ ਨੂੰ ਸਬਰ ਨਹੀਂ ਆ ਰਿਹਾ ਇੱਕ ਪਾਸੇ ਪਰਮਾਤਮਾ ਉੱਤੇ ਵਿਸ਼ਵਾਸ ਰੱਖਣ ਵਾਲੇ ਲੋਕ ਕਵਿਤਾ ਦੇ ਬੋਲ ਹੈ ਉਹਨਾਂ ਤਾਂ ਹੀ ਰੱਬ ਮਿਲਦਾ ਸਾਫ ਬੁੱਲਿਆ ਜਿਨ੍ਹਾਂ ਦੀਆਂ ਨੀਤਾਂ ਕਵੀ ਸ਼੍ਰੀ ਜਥਾ ਭਾਈ ਜਰਨੈਲ ਸਿੰਘ ਸੁਭਰਾਵਾਂ ਵਾਲਾ ਤੇ ਸਾਥੀ ਇਉਂ ਬਿਆਨ ਕਰ ਰਹੇ ਨੇ ਰੱਬਾ ਏ ਦੁਨੀਆ ਤੇਰੀ ਕਰਦੀ ਐ ਹੇਰਾ ਫੇਰੀ ਅੱਜ ਦਿਆਂ ਸੱਜਣ ਠੱਗਾਂ ਹਣਸਾਂ ਵਿੱਚ ਵੜ ਕੇ ਬੱਗਾਂ ਵੱਖੋ ਵੱਖ ਨੇ ਚਲਾਈਆਂ ਰੀਤਾਂ
ਉਹਨਾਂ ਤਾਈ ਰੱਬ ਮਿਲਦਾ ਸਾਫ ਬੁੱਲਿਆ ਜਿਨ੍ਹਾਂ ਦੀਆਂ ਨੀਤਾਂ ਉਹਨਾਂ ਤਾਈ ਰੱਬ ਮਿਲਦਾ ਪੰਡਿਤ ਨੇ ਮੱਲਿਆ ਚੜਦਾ ਲਹਿੰਦੇ ਨੂੰ ਕਾਜੀ ਪੜਦਾ ਕੋਈ ਪਹਾੜੀ ਦੱਸੇ ਆਖੇ ਕੋਈ ਦੱਖਣ ਵਸੇ ਮੱਲ ਬੈਠ ਗਏ ਵੱਖਰੀਆਂ ਬਾਈਆਂ ਸਭਨਾ ਦਾ ਦਾਤਾ ਇੱਕ ਹੈ ਵੰਡਾ ਰੱਬ ਦੇ ਪਿਆਰੀਆਂ ਨੇ ਪਾਈਆਂ ਸਭਨਾ ਦਾ ਦਾਤਾ ਇੱਕ ਹੈ ਉਹ ਭੁੱਲ ਗਿਆ ਰੱਬ ਜਦ ਹਰ ਨਾਕਸ਼ ਡਟ ਗਿਆ ਫਿਰ ਰੱਬੀ ਆਸ਼ਕ ਪਾਪੀ ਨੇ ਥੰਮਤ ਪਾਏ ਭਗਤ ਹੱਸ ਜਫੀਆਂ ਪਾਏ ਗਈਆਂ ਪਰਖੀਆਂ ਸੱਚੀਆਂ ਪਰੀਤਾਂ ਉਹਨਾਂ ਤਾਈ ਰੱਬ ਮਿਲਦਾ ਸਾਫ ਬੁੱਲਿਆ ਜਿਨ੍ਹਾਂ ਦੀਆਂ ਨੀਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਨਾਨਕ ਜੀ ਕਹਿ ਨਿਰੰਕਾਰ ਪੰਡਿਤ ਕਹੇ ਰਾਮ ਵਿਚਾਰ ਮੋਮਣ ਸਭ ਕਹਿੰਦੇ ਅੱਲਾ ਮਨ ਨੂੰ ਨਾ ਹੋਏ ਤਸੱਲਾ ਗੌੜੀ ਉਸੇ ਤਾਈ ਆਖਿਆ ਸਾਈਆਂ ਸਭਨਾ ਦਾ ਦਾਤਾ ਇੱਕ ਹੈ ਵੰਡਾ ਰੱਬ ਦੇ ਪਿਆਰੀਆਂ ਨੇ ਪਾਈਆਂ ਸਭਨਾ ਦਾ ਦਾਤਾ ਇੱਕ ਹੈ ਉਹ ਸੂਰਦਾਸ ਭਗਤ ਪਿਆਰਾ ਡਿੱਠਾ ਜਾਂ ਅਜਬ ਨਜ਼ਾਰਾ ਦਿਲ ਦੇ ਵਿੱਚ ਸੋਚ ਦੜਾਵੇ ਦੂਈ ਨਾ ਮਨ ਨੂੰ ਪਾਵੇ ਅੰਨਾ ਹੋ ਗਿਆ ਫੇਰ ਅੱਖਾਂ ਚ ਸਰੀਤਾਂ ਉਹਨਾਂ ਤਾਈ ਰੱਬ ਮਿਲਦਾ ਸਾਫ ਬੁੱਲਿਆ ਜਿਨ੍ਹਾਂ ਦੀਆਂ ਨੀਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਮਗਰਾਂ ਦਾ ਜਾਲ ਵੀ ਛਾਕੇ ਮਕਰਾਂ ਦਾ ਜਾਲ ਵਿਛਾ ਕੇ ਲੋਕਾਂ ਨੂੰ ਵਿੱਚ ਪਸਾ ਕੇ ਦੱਸਦੇ ਕੀ ਚਾਲ ਗਏ ਹਾਂ ਤਾਂਬਾ ਤੇ ਮੰਗਣ ਕਹੇ ਹਾਂ ਵਿਹਲੇ ਪਾਉਂਦਿਆਂ ਨੇ ਗੋਗਿਣਾ ਵਧਾਈਆਂ ਸਭਨਾ ਦਾ ਦਾਤਾ ਇੱਕ ਹੈ ਵੰਡਾ ਰੱਬ ਦੇ ਪਿਆਰੀਆਂ ਨੇ ਪਾਈਆਂ ਸਭਨਾ ਦਾ ਦਾਤਾ ਇੱਕ ਹੈ ਆਇਆ ਜਾਂ ਕ੍ਰਿਸ਼ਨ ਮਰਾਰੀ ਲਾਇਆ ਨਾ ਮੂੰਹੰਕਾਰੀ ਬਿਦਰ ਦਾ ਸਾਗ ਲੂਣਾ ਖਾਦਾ ਰਜ ਰਜ ਕੇ ਦੂਣਾ ਰੱਬ ਪਾਉਣਾ ਕਿੱਥੋਂ ਪਾਂਬਰਾਂ ਪਲੀਤਾਂ ਉਹਨਾਂ ਤਾਈ ਰੱਬ ਮਿਲਦਾ ਸਾਫ ਬੁੱਲਿਆ ਜਿਨ੍ਹਾਂ ਦੀਆਂ ਨੀਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਥਾਂ ਥਾਂ ਤੇ ਵਧਗੀ ਡੇਰੇ ਬਹੁਰਾ ਜਗ ਫਿਰੇ ਹਨੇਰੇ ਵਧਗੀ ਹੈ ਅੰਨੀ ਸ਼ਰਦਾ ਐਸੀ ਜਗ ਪੂਜਾ ਕਰਦਾ ਕਈਆਂ ਬਾਬਿਆਂ ਨੂੰ ਤੀਵੀਆਂ ਚੜਾਈਆਂ ਸਭਨਾ ਦਾ ਦਾਤਾ ਇੱਕ ਹੈ ਵੰਡਾ ਰੱਬ ਦੇ ਪਿਆਰੀਆਂ ਵੰਡਾ ਰੱਬ ਦੇ ਪਿਆਰੀਆਂ ਨੇ ਪਾਈਆਂ ਸਭਨਾ ਦਾ ਦਾਤਾ ਇੱਕ ਹੈ ਉਹ ਧੰਨੇ ਨਾਲ ਮਾਰੀ ਠੱਗੀ ਦੇ ਕੇ ਪਸੇਰੀ ਵੱਡੀ ਪੰਡਿਤ ਕਰ ਹੇਰਾ ਫੇਰੀ ਲੈ ਗਿਆ ਸੀ ਗਊ ਲਵੇਰੀ ਪਾਇਆ ਪੱਥਰ ਚੋਂ ਧੰਨੇ ਗਏ ਸ਼ਰੀਫਾਂ ਉਹਨਾਂ ਤਾਈ ਰੱਬ ਮਿਲਦਾ ਸਾਫ ਬੁੱਲਿਆ ਜਿਨ੍ਹਾਂ ਦੀਆਂ ਨੀਤਾਂ ਉਹਨਾਂ ਤਾਈ ਰੱਬ ਮਿਲਦਾ ਜਾਪ ਸਭ ਪੜ ਲੋ ਸਾਰਾ ਇੱਕ ਹੀ ਤੂੰ ਹੋਇਆ ਪਿਸਾਰਾ ਸੈਂਕੜੇ ਨਾਮ ਬਿਤਾਵੇ ਇੱਕ ਹੀ ਵਿੱਚ ਫੇਰ ਸਮਾਵੇ ਗੱਲਾਂ ਦਸਵੇਂ ਗੁਰਾਂ ਨੇ ਸਮਝਾਈਆਂ ਸਭਨਾ ਦਾ ਦਾਤਾ ਇੱਕ ਹੈ ਵੰਡਾ ਰੱਬ ਦੇ ਪਿਆਰੀਆਂ ਨੇ ਪਾਈਆਂ ਸਭਨਾ ਦਾ ਦਾਤਾ ਇੱਕ ਹੈ ਨਹੀਂ ਘੱਟ ਘੱਟ ਵਿੱਚ ਵਸਣ ਵਾਲਾ ਜਿਉ ਜਿਉ ਘੱਟ ਘੱਟ ਵਿੱਚ ਵਸਣ ਵਾਲਾ ਹਰੇਕ ਵਿੱਚ ਹੱਸਣ ਵਾਲਾ ਬੁੱਲੇ ਜਦ ਅੰਦਰੋਂ ਪਾਇਆ
ਉੱਚੀ ਉੱਚ ਫੂਕ ਸੁਣਾਇਆ ਨਾ ਇਹ ਮੰਦਰ ਚ ਵਸੇ ਨਾ ਮਸੀਤਾਂ ਉਹਨਾਂ ਤਾਈ ਰੱਬ ਮਿਲਦਾ ਸਾਫ ਬੁੱਲਿਆ ਜਿਨ੍ਹਾਂ ਦੀਆਂ ਨੀਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਹੋਲੀ ਹੈ ਦੁਨੀਆਂ ਸਾਰੀ ਲੁੱਟਣ ਖਣੋ ਪਈ ਵਿਚਾਰੀ ਮੂਰਖ ਕਈ ਬਣੇ ਗਿਆਨੀ ਅੰਨੇ ਕਈ ਬਣੇ ਧਿਆਨੀ ਤੀਨ ਕਾਲ ਦੀਆਂ ਖਬਰਾਂ ਬਤਾਈਆਂ ਸਭਨਾ ਦਾ ਦਾਤਾ ਇੱਕ ਹੈ ਵੰਡਾ ਰੱਬ ਦੇ ਪਿਆਰੀਆਂ ਨੇ ਪਾਈਆਂ ਸਭਨਾ ਦਾ ਦਾਤਾ ਇੱਕ ਹੈ ਉਹ ਖਾ ਖਾ ਕੇ ਰਿਸ਼ਵਤ ਖੋਰੀ ਭਰ ਲਿਆ ਢਿੱਡ ਵਾਂਗਰ ਬੋਰੀ ਕਰ ਕਰਕੇ ਕਫਲੇ ਬਾਜੀ ਹੋਇਆ ਮਨ ਅਜੇ ਨਾਰਾਜੀ ਫਿਰੇ ਕੱਟਦਾ ਤੂੰ ਝੂਠੀਆਂ ਰਸੀਤਾਂ ਉਹਨਾਂ ਤਾਈ ਰੱਬ ਮਿਲਦਾ ਸਾਫ ਬੁੱਲਿਆ ਜਿਨ੍ਹਾਂ ਦੀਆਂ ਨੀਤਾਂ ਉਹਨਾਂ ਦੇ ਤਾਈ ਰੱਬ ਮਿਲਦਾ ਹੱਲਾ ਵੀ ਨਾਮ ਧੀਆਂ ਲੈ ਹੱਲਾ ਵੀ ਨਾਮ ਧੀਆਂ ਲੈ ਜੀਵਨ ਨੂੰ ਸਫਲ ਬਣਾ ਲੈ ਛੱਡਦੇ ਸਭ ਹੇਰਾ ਫੇਰੀ ਆਉਣਾ ਨਹੀਂ ਦੂਜੀ ਵੇਰੀ ਗੱਲਾਂ ਸੱਚ ਜਰ ਨੈਲ ਨੇ ਸੁਣਾਈਆਂ ਸਭਨਾ ਦਾ ਦਾਤਾ ਇੱਕ ਹੈ ਵੰਡਾ ਰੱਬ ਦੇ ਪਿਆਰੀਆਂ ਨੇ ਪਾਈਆਂ ਸਭਨਾ ਦਾ ਦਾਤਾ ਇੱਕ ਹੈ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਪੰਥ ਵਸੇ ਮੈਂ ਉਜੜਾਂ ਮਨ ਚਾਉ ਕਨੇਰਾ ਕਹਿਣ ਵਾਲਾ ਚਾਰੇ ਲਾਲ ਕੁਰਬਾਨ ਕਰਕੇ ਲੰਮੇ ਜੱਟਪੁਰੇ ਦੀ ਧਰਤੀ ਵਿੱਚ ਆ ਗਏ ਨੇ ਨੂਰੇ ਮਾਹੀ ਨੂੰ ਛੋਟੇ ਬੱਚਿਆਂ ਦੀ ਸ਼ਹਾਦਤ ਦੀ ਖਬਰ ਲੈਣ ਵਾਸਤੇ ਭੇਜਿਆ ਹੈ ਨੂਰਾ ਪੁੱਜਾ ਸਰਹੰਦ ਮਿਲਿਆ ਆਪਣੀ ਭੈਣ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਕਥਾ ਨੂਰੇ ਦੀ ਭੈਣ ਨੂਰੇ ਨੂੰ ਜਿਸ ਕਦਰ ਦੱਸ ਰਹੀ ਹੈ ਜਰਨੈਲ ਸਿੰਘ ਸੁਭਰਾਵਾਂ ਵਾਲਾ ਅਤੇ ਸਾਥੀ ਇਉਂ ਬਿਆਨ ਕਰ ਰਹੇ ਨੇ ਨੂਰਾ ਆਖਦੀ ਨੂਰੇ ਨੂੰ ਗੱਲ ਸੁਣ ਵੀਰ ਵੇ ਪਾਪੀ ਸੂਬੇ ਸਰਹਿੰਦ ਕਰ ਤੀ ਅਖੀਰ ਵੇ ਪਾਪੀ ਸੂਬੇ ਸਰਹਿੰਦ ਕਰ ਤੀ ਅਖੀਰ ਵੇ ਇੱਥੋਂ ਦੱਸਿਆ ਨਹੀਂ ਜਾਂਦਾ ਸਾਰਾ ਹਾਲ ਨੂਰਿਆ ਤੈਨੂੰ ਦੱਸਾਂ ਕੀ ਬੀਤੀ ਜਿਹੜੀ ਦਸਵੇਂ ਗੁਰਾਂ ਦੇ ਪੁੱਤਾਂ ਨਾਲ ਨੂਰਿਆ ਤੈਨੂੰ ਦੱਸਾਂ ਕੀ ਬੀਤੀ ਧੰਨ ਉਹਨਾਂ ਦੀ ਸੀ ਮਾਈ ਜਿੰਨੇ ਸ਼ੇਰ ਜਣੇ ਵੇ ਰੱਬ ਜਾਣਦਾ ਹੈ ਕਿਹੜੀ ਉਹ ਮਿੱਟੀ ਦੇ ਬਣੇ ਵੇ ਰੱਬ ਜਾਣਦਾ ਹੈ ਕਿਹੜੀ ਉਹ ਮਿੱਟੀ ਦੇ ਬਣੇ ਵੇ ਤਾਸ਼ੀਣੀ ਦਿਆ ਕਰਤੀ ਕਮਾਲ ਨੂਰਿਆ ਤੈਨੂੰ ਦੱਸਾਂ ਕੀ ਬੀਤੀ ਜਿਹੜੀ ਦਸਵੇਂ ਗੁਰਾਂ ਦੇ ਪੁੱਤਾਂ ਨਾਲ ਨੂਰਿਆ ਵੇ ਤੈਨੂੰ ਦੱਸਾਂ ਕੀ ਬੀਤੀ 80 ਸਾਲ ਤੋਂ ਵੀ ਉਮਰ ਵਡੇਰੀ ਦਾਦੀ ਦੀ ਜੱਗੋਂ ਵੱਖਰੀ ਮੈਂ ਵੇਖੀ ਐ ਦਲੇਰੀ ਦਾਦੀ ਦੀ ਜੱਗੋਂ ਵੱਖਰੀ ਮੈਂ ਵੇਖੀ ਐ ਦਲੇਰੀ ਦਾਦੀ ਦੀ ਝਾੜੀ ਲਾ ਗਈ ਉਹਦੀ ਧਰਮ ਦੀ ਪਤਾਲ ਨੂਰਿਆ ਤੈਨੂੰ ਦੱਸਾਂ ਕੀ ਬੀਤੀ ਜਿਹੜੀ ਦਸਵੇਂ ਗੁਰਾਂ ਦੇ ਪੁੱਤਾਂ ਨਾਲ ਨੂਰਿਆ ਤੈਨੂੰ ਦੱਸਾਂ ਕੀ ਬੀਤੀ ਮੈਥੋਂ ਦੱਸਿਆ ਨਹੀਂ ਜਾਂਦਾ ਜਿਹੜਾ ਹੋਇਆ ਪਾਪ ਵੇ ਕਿਵੇਂ ਸੁਣੇਗਾ ਕਹਾਣੀ ਬਾਜਾਂ ਵਾਲਾ ਬਾਪ ਵੇ ਕਿਵੇਂ
सुनेगा कहानी बाजा वाला बाप वे जीदे जाल मान को ते जीदे जाल मान को ते जीदे जाल मान को ते सुने लाल नूरिया तैनू दसा की बीती जेड़ी दसवे गुरां दे पुता नाल नूरिया तैनू दसा की बीती किने नीयां च जलादा धर्म ना डोले वे चन पुन्या दे हो गए अखी आ तो ओले वे चन पुन्या दे हो गए अखियां तो ओले वे आवें शेर खान सकिया ना ताल नूरिया तैनू दसा की बीती जेड़ी दसवे गुरां दे पुता नाल नूरिया तैनू दसा की बीती ओ जिने नीहां च जलादा ने जिने नीहां च जलादा छुरियां ना कोई वे ओदों जिमी असमान भुब्बा मार रोए वे ओदों जिमी असमान भुब्बा मार रोए वे हलाल नूरिया तैनू दसा की बीती जेड़ी दसवे गुरां दे पुता नाल नूरिया तैनू दसा की बीती वड्डे जन्ना दे मखौल मौत ताई कर दे पड़ा मौत कोलों कदों ने दलेर डर दे भला मौत कोलों कदों ने दलेर डर दे लाज धर्म दियो गए लाज धर्म दियो गए लाज धर्म दियो गए सिरना पाल नूरिया तैनू दसा की बीती जेड़ी दसवे गुरां दे पुता नाल नूरिया वे तैनू दसा की बीती खालसा फौजां फेरू अते मुदकी दे मकाम ते अंग्रेजां नाल लड़के तेजा सिंह लाल सिंह गदारी करके हार गईयां ये बुरी खबर पंजाब दी राज माता महाराणी जिंदा नूं मिली कलम चुकी है चिट्ठी लिखदी है शहर कहिंदा चिट्ठी लिखी महाराणी ने शाम सिंह नूं बैठ गयो कि चित विच तार सिंह दोवें जंग मुदकी फेरू शहर वाले आ गए सिंह अंग्रेजां तों हार सिंह तेग सिंघां दी तां खुंडी नहीं हो गई ऐ पर आपणे बड़े गदार सिंघां कानू हार दे मीणे अज जग दिंदा ज्यूंदी हुंदी जे आप सरकार सिंघां राज माता महाराणी जिंद कौर बुढ़े जरनैल श्याम सिंह अटारी नूं जिस कदर चिट्ठी लिखदी है भगवंत सिंह अते मेजर सिंह इउं बयान कर रहे ने श्याम सिंह सरदार नूं चिट्ठी लिखदी जिंदा राणी सिख कौम दियां आसां उपर फिर चलिया अज पाणी सिख कौम दियां आसां उत्ते बेड़ी सिख राज दी डुबदी दसदा नहीं कनारा देख तेरे नूं खतरा हो गया श्याम सिंघा सिरदारा देश तेरे नूं खतरा हो गया ओ फेरू ते मुदकी विच डट के
बहुत लड़ाई होई। तेजा सिंह ते लालू दोवें बन गए वतन तरोई। तेजा सिंह ते लालू दोवें दसिया मैनू सुईए आके हाल खोल के सारा दे तेरे नू खतरा हो गया शाम सिंगा सिरदारा देश तेरे नू खतरा हो गया ओ छेरां दे दरवाजे अगे गिदड़ जलिया पाउंदे उलटी वाड़ खेत नू खावे राखे घर लटवाउंदे उलटी वाड़ खेत नू खावे। अज दा वेला खुंजिया हथ चों आउणा नहीं दबारा दे तेरे नू खतरा हो गया शाम सिंगा सिरदारा देश तेरे नू खतरा हो गया। लखां जाना वार के मरदा तुसां जो लई आजादी वतन धरोई रल गोरे नल करी जान बर्बादी वतन धरोई रल गोरे नाल लैंदी पगिरण जीत दी दिसदी रख लै करके चारा दे तेरे नू खतरा हो गया शाम सिंगा सिरदारा देश तेरे नू खतरा हो गया। नहीं अजे तां कबर दलीप बचारा बिलकुल दिसे याना किस नू भेजा रोकण बदले चढ़िया जुलम मिठाना किस नू भेजा रोकण बदले हाथ मेरे अज जिंदा नू हारद मेरे अज जिंदा नू मार रिया जग सारा दे तेरे नू खतरा हो गया शाम सिंगा सिरदारा देश तेरे नू खतरा हो गया। ना नलुआ ना अज रह गया फूला सिंह अकाली समय तो पहला खाड़ा मौत ने सिख राज दा वाली समय तो पहला खा लिया मौत ने हुंदा अजरना जीत जीऊंदा चढ़दा मारी नगारा दे तेरे नू खतरा हो गया शाम सिंगा सिरदारा देश तेरे नू खतरा हो गया। इको एक जरनैल जगत विच दिसदा शेर अटारी खा के कसम पंजाब दी मरदा चढ़ पो तू एक वारी खा के कसम पंजाब दी मरदा शहीदा दिवस तीदा सुनिया सिर तू परे दुआरा दे तेरे नू खतरा हो गया शाम सिंगा सिरदारा देश तेरे नू ख
खतरा हो गया। आजादी का परवाना शहीद आजम सरदार भगत सिंह जिस परिवार विच पैदा होया वो परिवार आजादी कलट गया सी, जिसका चाचा अजीत सिंह अते स्वर्ण सिंह देश भगत सन। 22 साल का स्वर्ण सिंह शहीद हो गया। भगत सिंह 5 वर्यां दा सी। 42 मुकदमे भगत सिंह दे पिता उत्ते चले। गैरत खा गया मन। 5 सालां दा बच्चा खूह क्यारियां बना के खेड रहा है। मां ने सिर ते प्यार दे के पुछिया, मेरे लाडले भगत सिंह कैसी खेती बीज रहा है? जवाब दिता 5 साल भगत सिंह ने, मां मैं बंदूकां बीज रहा है, जे रब ने कृपा की वड्डा होके अंग्रेज नाल टक्कर लवांगा। एक पासे मां और दूसरे पासे सरदार भगत सिंह सवाल ते जवाब उत्तर ते प्रश्न इउं कर रहे ने। खेडा खेडदा भगत सिंह न्यारियां विच खेतां दे बनावे खूह क्यारियां, अखी माता जी ने वेखियां जां सारियां ते दिल भर आया रीजदा। माता पुछदी भगत सिंह प्यारिया ए खेतां विच की तू बीजदा, कि खेतां विच फिरे बीजदा। अब लाडला भगत सिंह बोलदा, पेत तेरे अग्गी अम्मीए में खोलदा, यारी नाग वांग विसरावा घोलदा ते तवे दिल ठारन लई। खेत विच मैं बदूकां माए बीजदा ने गोरियां नू मारन लई, गोरियां नू मारन लई। ओ निक्की जिंद तेरी फिकर वडेरे वे, निक्की जिंद तेरी फिकर वडेरे वे, खानी जान दे नी कुछ बेटा तेरे वे, देश भगती दे पंद ने लमेरे वे, पता नहीं तेनू इस चीज दा। माता पुछदी भगत सिंह प्यारिया खेतां विच की तू बीजदा, कि खेतां विच फिरे बीजदा। अज बीजतियां छेती होण वड्डियां, मणा मूही जदों खेत विचों कढ़ियां, जदों भर के बरूद नाल छड्डियां ते वैरी नू वंगारन लई। खेत विच मैं बदूकां माए बीजदा नी गोरियां नू मारन लई, गोरियां नू मारन लई। ओ खेडां तेरियां वे पुत्तरा नियारियां, नाल चाचियां दे रल दियां सारियां, दुखी चाचियां ने तेरियां वचारियां, वे खुश गया चन ईद दा। माता पुछदी भगत सिंह सोणिया ए खेतां विच की तू बीजदा, कि खेतां विच फिरे बीजदा। वादा करना ना वादा ऐसी जरना, मारे इट जो पत्थर सिर धरना, पैरे मौत दी नदी नू पावे तारना, जवानी हाथ वारन लई। खेत विच मैं बदूकां माए बीजदा नी गोरियां नू मारन लई, गोरियां नू मारन लई। जेड़े बोल तू जबानों अज कड्डे वे, अज कड्डे वे गल निक्की ते अर्थ बड़े वड्डे वे, इको रस्ता भगत सिंघा लगे वे तेरा चाचे ते भतीजदा। माता पुछदी भगत सिंह प्यारिया खेतां विच की तू बीजदा, कि खेतां विच फिरे बीजदा। धन धन ओ पुत्तर माता मावां दे, पांदी बन गई जो मौत वाले रावां दे, सच लिख देण शहरी सुभरावां दे ते सिखी प्रचारन लई। खेत विच मैं
ਵਿੱਚ ਮੈਂ ਬਦੂਕਾ ਮੈਂ ਬੀਜਦਾ ਗੋਰਿਆਂ ਨੂੰ ਮਾਰਨ ਲਈ ਗੋਰਿਆਂ ਨੂੰ ਮਾਰਨ ਲਈ ਕਵੀਸ਼ਰੀ ਪਰੰਪਰਾ ਪ੍ਰਚਾਰ ਦਾ ਇੱਕ ਮਹਾਨ ਸਿਖਰ ਹੈ ਅਤੇ ਇਸ ਪਰੰਪਰਾ ਨੂੰ ਪ੍ਰਫੁੱਲਿਤ ਕਰਨ ਵਾਲਿਆਂ ਵਿੱਚ ਬਹੁਤ ਸਾਰੇ ਨਾਮ ਆਉਂਦੇ ਹਨ। ਉਹਨਾਂ 'ਚ ਇੱਕ ਨਾਮ ਹੈ ਪ੍ਰਸਿੱਧ ਕਮਿਸ਼ਨਰ ਜਰਨੈਲ ਸਿੰਘ ਸਭਰਾਵਾਂ। ਜਰਨੈਲ ਸਿੰਘ ਸਭਰਾਵਾਂ ਨੇ ਹੁਣ ਤੱਕ ਬਹੁਤ ਸਾਰੀਆਂ ਰਿਕਾਰਡਿੰਗਸ ਭਾਈਚਾਰੇ ਨੂੰ ਦਿੱਤੀਆਂ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਜਥੇ ਨੇ ਬਹੁਤ ਸਾਰੀਆਂ ਕਵੀਸ਼ਰੀ ਵਾਰਾਂ ਦੇ ਰਾਹੀਂ, ਰਚਨਾਵਾਂ ਦੇ ਰਾਹੀਂ, ਪ੍ਰਸੰਗਾਂ ਦੇ ਰਾਹੀਂ ਵਿਸ਼ੇਸ਼ ਯੋਗਦਾਨ ਪਾਇਆ ਅਤੇ ਅੱਜ PTV ਦੇ ਦਰਸ਼ਕਾਂ ਨਾਲ ਉਹ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰ ਰਹੇ ਨੇ। ਸਰਦਾਰ ਜਰਨੈਲ ਸਿੰਘ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਜੀ ਆਇਆਂ ਆਖਦੇ ਹੋਏ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੱਸੋਗੇ ਕਿ ਕਵੀਸ਼ਰੀ ਪਰੰਪਰਾ ਕਿੰਨੀ ਕੁ ਪੁਰਾਣੀ ਹੈ ਅਤੇ ਕਿਸ ਤਰ੍ਹਾਂ ਹੋਣੀ ਚਾਹੀਦੀ? ਕਵੀਸ਼ਰੀ ਦਰਅਸਲ ਰੱਬ ਦੀ ਉਸਤਤ ਕਰਨ ਵਾਲੇ ਕਵੀਆਂ ਤੋਂ ਬਣੀ, ਬਹੁਤ ਹੀ ਪੁਰਾਣੀ ਹੈ। ਇਕੱਲਾ ਗਾਵੇ ਅਤੇ ਕਵੀ ਹੈ, ਰਲ ਕੇ ਗਾਉਣ ਅਤੇ ਉਹਨਾਂ ਨੂੰ ਕਾਵੀਸ਼ਰ ਕਿਹਾ ਜਾਂਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਪਾਉਂਟਾ ਸਾਹਿਬ ਦੀ ਪਾਵਨ ਧਰਤੀ 'ਤੇ 52 ਕਵੀਆਂ ਨੂੰ ਆਪਣੇ ਚਰਨਾਂ ਵਿੱਚ ਥਾਂ ਦਿੱਤੀ। ਟੋਲੀਆਂ ਬਣਾ ਕੇ ਬਿਨਾਂ ਸਾਜ਼ਾਂ ਤੋਂ ਕਵਿਤਾ ਗਾਉਣ ਵਾਲਿਆਂ ਨੂੰ ਕਾਵੀਸ਼ਰ ਕਿਹਾ ਜਾਂਦਾ। ਕਵੀਸ਼ਰੀ ਪਰੰਪਰਾ ਨੂੰ ਤੁਸੀਂ ਪੇਸ਼ੇ ਵਜੋਂ ਅਪਣਾਇਆ, ਤੁਹਾਡਾ ਕੀ ਖਿਆਲ ਹੈ ਕਿ ਇਹਨਾਂ ਪ੍ਰਚਾਰ ਦੇ ਬਾਕੀ ਮਾਧਿਅਮਾਂ 'ਚੋਂ ਕਵੀਸ਼ਰੀ ਨੂੰ ਤੁਸੀਂ ਪਹਿਲ ਕਿਉਂ ਦਿੱਤੀ? ਅਸਲ ਵਿੱਚ ਕਵੀਸ਼ਰੀ ਪਿੰਡਾਂ ਦੇ ਵਿੱਚ ਉਹਨਾਂ ਵੇਲਿਆਂ ਵਿੱਚ ਗਾਈ ਜਾਂਦੀ ਸੀ। ਮੈਂ ਇੱਕ ਪੇਂਡੂ ਸਾਂ, ਜਦੋਂ ਕਵੀਸ਼ਰ ਆਉਣੇ ਪਿੰਡਾਂ ਵਿੱਚ ਬੋਲਣੇ ਅਤੇ ਮੇਰਾ ਦਿਲ ਬਹੁਤ ਕਰਨਾ, ਜਿਹਦਾ ਕਾਰਨ ਬਣਿਆ ਸਮਾਂ ਆਉਣ 'ਤੇ ਮੈਂ ਬਿਨਾਂ ਸਾਜ਼ਾਂ ਤੋਂ ਹੀ ਇਸ ਚੀਜ਼ ਨੂੰ ਅਪਣਾਇਆ ਔਰ ਕਵੀਸ਼ਰ ਬਣੇ। ਕਿੰਨੀ ਕੁ ਉਮਰ ਤੋਂ ਤੁਸੀਂ ਗਾਉਣਾ ਸ਼ੁਰੂ ਕਰ ਦਿੱਤਾ ਸੀ? ਗਾਉਣਾ ਤਾਂ ਮੈਂ ਤਕਰੀਬਨ 15-16 ਸਾਲ ਦੀ ਉਮਰ ਤੋਂ ਕੀਤਾ, ਲੇਕਿਨ 12 ਸਾਲ ਦਾ ਸਾਂ। ਮੇਰੇ ਤਾਇਆ ਜੀ ਬੜੇ ਧਾਰਮਿਕ ਸਾਨੂੰ ਗੁਜ਼ਰ ਗਏ, ਉਹਨਾਂ ਦੀਆਂ ਪੁਸਤਕਾਂ ਵਿਚਾਰ ਬਣਾਈ ਪਰਿਵਾਰ ਨੇ ਗੁਰਦੁਆਰਾ ਸਾਹਿਬ ਦੇ ਦਿੱਤੀਆਂ ਜਾਣ। ਕੁਝ ਸੱਜਣ ਐਸੇ ਸਨ ਜਿਨ੍ਹਾਂ ਨੇ ਮੇਰੇ ਸਿਰ 'ਤੇ ਹੱਥ ਰੱਖ ਦਿੱਤਾ, ਮੈਂ ਉਹ ਪੜ੍ਹੀਆਂ, ਧਾਰਮਿਕ ਬਣਿਆ। ਔਰ ਉਸ ਤੋਂ ਬਾਦਾ ਪੰਡਿਤ ਮੋਹਨ ਸਿੰਘ ਜੀ ਘਰਿਆਲਾ ਸਾਹਿਬ ਨੂੰ ਆਪਣਾ ਉਸਤਾਦ ਧਾਰਿਆ। ਉਹਨਾਂ ਵੇਲਿਆਂ ਵਿੱਚ ਮੋਹਨ ਸਿੰਘ ਘਰਿਆਲੇ ਦਾ ਨਾਂ ਪੰਜਾਬ ਦੇ ਨਾਮਵਰ ਕਵੀਸ਼ਰਾਂ ਵਿੱਚੋਂ ਬਹੁਤ ਉੱਚਾ ਸੀ, ਇਸ ਲਈ ਉਹਨਾਂ ਦੀ ਬਦੌਲਤ ਹੈ, ਉਸ ਉਸਤਾਦ ਦੀ ਬਖਸ਼ਿਸ਼ ਹੈ, ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਮੈਂ ਸਿੱਖ ਸੰਗਤਾਂ ਦੇ ਦਰਸ਼ਨ ਕਰ ਰਿਹਾ। ਭਾਈ ਜਰਨੈਲ ਸਿੰਘ, ਪਹਿਲੀ ਵਾਰ ਤੁਸੀਂ ਆਪਣਾ ਜਥਾ ਕਦੋਂ ਬਣਾਇਆ? ਸੰਨ 1969 ਵਿੱਚ ਮੈਂ ਛੋਟਾ ਜਿਹਾ ਸਾਂ, ਜਦੋਂ ਮੈਂ ਆਪਣੇ ਕੁਝ ਕੁ ਸਾਥੀਆਂ ਦੇ ਨਾਲ ਗਾਉਣਾ ਸ਼ੁਰੂ ਕੀਤਾ, ਲੇਕਿਨ ਬੜੀ ਪੁਰਾਣੀ ਗੱਲ ਹੈ, 7 ਸਾਲ ਇਸੇ ਤਰ੍ਹਾਂ ਮੈਂ ਸਟੇਜ 'ਤੇ ਪੂਰਾ ਨਹੀਂ ਆ ਸਕਿਆ। ਉਸ ਤੋਂ ਬਾਅਦ ਮੈਂ ਕੁਝ ਸਾਥੀ ਲੈ ਕੇ ਫਿਰ ਮੈਂ ਪੰਜਾਬ ਦੇ ਕਵੀਸ਼ਰਾਂ ਵਿੱਚ ਵਿਚਰਿਆ, ਜਿਨ੍ਹਾਂ ਦੇ ਵਿੱਚੋਂ ਆਮ ਉਹਨਾਂ ਵੇਲਿਆਂ ਦਾ ਰਿਵਾਜ਼ ਸੀ, ਕਿਸੇ ਨੇ ਨਿਖੜ ਜਾਣਾ, ਕਿਸੇ ਨੇ ਰਲ ਜਾਣਾ, ਮਨ ਬੜਾ ਦੁਖੀ ਹੋਇਆ। ਅਖੀਰ ਰੱਬ ਅੱਗੇ ਅਰਦਾਸ ਕੀਤੀ, ਸਤਿਗੁਰੂ ਮੈਨੂੰ ਇਹੋ ਜਿਹੇ ਸਾਥੀ ਦੇ ਜਿਹੜੇ ਮੇਰਾ ਸਾਥ ਨਿਭਾਉਣ। ਤਕਰੀਬਨ ਅੱਜ ਤੋਂ 20 ਸਾਲ ਪੂਰੇ ਪਹਿਲਾਂ ਭਗਵੰਤ ਸਿੰਘ ਅਤੇ ਮੇਜਰ ਸਿੰਘ ਇਹ ਮੇਰੇ ਸਾਥੀ ਬਣੇ। 14-14 ਸਾਲ ਦੀ ਉਦੋਂ ਇਹਨਾਂ ਦੀ ਉਮਰ ਸੀ, ਬੜੀਆਂ ਬੁਲੰਦ ਆਵਾਜ਼ਾਂ ਸੀ। ਕੌਮ ਨੇ ਸਾਡੇ ਸਿਰ ਉੱਤੇ ਹੱਥ ਰੱਖਿਆ, ਸ਼ਾਇਦ ਇਹਨਾਂ ਪਿਓ ਪੁੱਤਰ ਵੀ ਇਕੱਠਾ ਨਹੀਂ ਰਹਿ ਸਕਦੇ ਜਿੰਨਾ ਭਗਵੰਤ ਸਿੰਘ ਅਤੇ ਮੇਜਰ ਸਿੰਘ ਨੇ ਮੇਰਾ ਸਾਥ ਦਿੱਤਾ ਹੈ। 20 ਸਾਲ ਤੋਂ ਲੈ ਕੇ ਇਹ ਮੇਰੇ ਸਾਥੀ ਹਨ, ਅਸੀਂ 3 ਜਣੇ ਹੀ ਕੌਮ ਦੀ ਸੇਵਾ ਵਿੱਚ ਕਵੀਸ਼ਰੀ ਕਰ ਰਹੇ। ਭਾਈ ਜਰਨੈਲ ਸਿੰਘ, ਆਮ ਕਰਕੇ ਜਦੋਂ ਪ੍ਰਚਾਰਕ ਜਗਤ ਦੇ ਵਿੱਚ ਕੋਈ ਆਉਂਦਾ, ਉਸ ਦੇ ਸਾਹਮਣੇ ਕਈ ਪਹਿਲੂ ਆਉਂਦੇ ਨੇ, ਖਾਸ ਕਰ ਜੋ ਅੱਜ ਕੱਲ੍ਹ ਪਖੰਡਵਾਦ ਫੈਲਿਆ ਹੋਇਆ, ਅਡੰਬਰਵਾਦ, ਵਿਅਕਤੀਵਾਦੀ ਪੂਜਾਵਾਦ, ਇਸ ਬਾਰੇ ਤੁਸੀਂ ਕੀ ਮਹਿਸੂਸ ਕੀਤਾ? ਮੈਂ ਜੇ ਸੱਚ ਜਾਣਿਆ ਜੋ ਤਾਂ ਇਹਨਾਂ ਲੋਕਾਂ ਦੇ ਬੜਾ ਖਿਲਾਫ ਹਾਂ, ਦੇਹਧਾਰੀ ਗੁਰੂਆਂ ਦੇ, ਔਰ ਆਪਣੀ ਕੌਮ ਦਾ ਦਰਦ ਦਿਲ ਵਿੱਚ ਲੈ ਕੇ ਵਿਚਰਨ ਵਾਲਾ ਹਾਂ। ਮੈਂ ਨਾ ਕੋਈ ਵੀ ਜਿੰਨੇ ਵੀ ਨਕਲੀ ਬਾਬੇ ਆ ਦਾਅਵੇ ਨਾ ਕਹਿ ਸਕਦਾ, ਮੈਂ ਕਿਸੇ ਦੇ ਕਦੇ ਵੀ ਡੇਰੇ 'ਤੇ ਨਹੀਂ ਗਿਆ ਅਤੇ ਨਾ ਮੈਂ ਉਹਨਾਂ ਦੀ ਸ਼ਕਲ ਵੇਖੀ ਹੈ, ਨਾ ਹੀ ਪਰਮਾਤਮਾ ਮੈਨੂੰ ਵਿਖਾਵੇ, ਕਿਉਂਕਿ ਮੈਂ ਇਹਨਾਂ ਲੋਕਾਂ ਤੋਂ ਨਫ਼ਰਤ ਕਰਦਾ ਹਾਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਹ ਮਹਾਨ ਧਰਮ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਖਾਲਸੇ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜੋੜਿਆ। ਮੈਂ ਅਰਦਾਸ ਵੀ ਕਰਦਾ ਹਾਂ ਅਤੇ ਕੌਮ ਨੂੰ ਬੇਨਤੀ ਵੀ ਕਰਦਾ ਹਾਂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੇ ਰਹੋ। ਸਤਿਗੁਰੂ ਕਿਰਪਾ ਕਰਨਗੇ, ਆਪਣੀ ਚੜ੍ਹਦੀ ਕਲਾ ਹੋਵੇਗੀ। ਇਹ ਦੰਭੀ ਲੋਕ, ਪਖੰਡੀ ਲੋਕ, ਇਹ ਕਹਿ ਲਓ ਕਿ ਪੁਰਾਣੇ ਠੱਗ ਹੀ, ਜਿਵੇਂ ਕਦੇ ਸੱਜਣ ਸੀ ਉਹਨਾਂ ਵੇਲਿਆਂ 'ਚ ਇੱਕ ਹੋਵੇਗਾ, ਅੱਜ ਥਾਂ ਥਾਂ ਉੱਤੇ ਇਹਨਾਂ ਸੱਜਣਾਂ ਦੀਆਂ ਦੁਕਾਨਦਾਰੀਆਂ। ਭਾਈ ਜਰਨੈਲ ਸਿੰਘ, ਤੁਸੀਂ ਜਿਸ ਤਰ੍ਹਾਂ ਇਹਨਾਂ ਬਾਰੇ ਦੱਸਿਆ, ਇਸੇ ਤਰ੍ਹਾਂ ਪ੍ਰਬੰਧਕ ਵਰਗ ਦੇ ਵਿੱਚ ਵੀ ਆਮ ਦੇਖਣ 'ਚ ਆਇਆ, ਕਈ ਗੁਰਦੁਆਰਿਆਂ ਦੇ ਮੁਖੀ ਸ਼ਰਾਬਾਂ ਪੀਂਦੇ ਨੇ, ਗਲਤ ਕਦਰਾਂ ਕੀਮਤਾਂ ਅਪਣਾਉਂਦੇ ਨੇ, ਅਤੇ ਪ੍ਰਚਾਰਕਾਂ ਦੇ ਵਿੱਚ ਵੀ ਕਈ ਵਾਰੀ ਗਿਰਾਵਟ ਵੇਖਣ ਨੂੰ ਆਈ ਹੈ, ਕੀ ਤੁਸੀਂ ਇਹ ਸਹਿਮਤ ਹੋ? ਨਹੀਂ ਜੀ, ਧਾਰਮਿਕ ਆਗੂ ਜਿਹੜਾ ਹੈ ਉਹਨੂੰ ਤਾਂ ਨਾਮ ਦਾ ਨਸ਼ਾ ਚਾਹੀਦਾ ਹੈ,
ਚੜ੍ਹਦੀ ਕਲਾ ਵਾਲਾ ਚਾਹੀਦਾ, ਚਾਹੇ ਉਹ ਗੁਰਦੁਆਰੇ ਦਾ ਪ੍ਰਧਾਨ ਹੋਵੇ, ਚਾਹੇ ਉਹ ਕਵੀਸ਼ਰ ਹੋਵੇ, ਚਾਹੇ ਉਹ ਰਾਗੀ ਢਾਡੀ ਹੋਵੇ, ਕਿਉਂਕਿ ਸਾਡੀਆਂ ਜ਼ਿੰਮੇਵਾਰੀਆਂ ਹੈ। ਢਾਡੀ ਸਿੰਘ, ਕਵੀਸ਼ਰ, ਰਾਗੀ ਸਿੰਘ, ਕਥਾਵਾਚਕ ਜੋ ਕੁਝ ਵੀ ਹੈ, ਇਹ ਸਾਡੇ ਗੁਰੂ ਪਾਤਸ਼ਾਹ ਦੀ ਦੇਣ ਹੈ। ਸਿੱਖ ਜਗਤ ਦੇ ਪ੍ਰਚਾਰ ਦਾ ਇਹ ਬੜਾ ਤਕੜਾ ਸਾਧਨ ਹੈ। ਇਸ ਲਈ ਸਤਿਗੁਰੂ ਕਿਰਪਾ ਕਰੇ, ਜੇ ਮਹਾਰਾਜ ਨੇ ਸਾਡੇ ਉੱਤੇ ਐਸੀ ਬਖਸ਼ਿਸ਼ ਕੀਤੀ ਹੈ ਤਾਂ ਸਾਡਾ ਦੇਵਤਿਆਂ ਵਰਗਾ ਜੀਵਨ ਹੋਣਾ ਚਾਹੀਦਾ। ਤੁਸੀਂ ਚੰਗੀ ਸੋਚ ਰੱਖੀ ਹੈ ਅਤੇ ਇਹ ਇੱਕ ਮੈਸੇਜ ਵੀ ਹੈ ਸੁਨੇਹਾ ਉਹਨਾਂ ਤਾਈਂ ਜਿਹੜੇ ਪ੍ਰਚਾਰਕ ਅਤੇ ਪ੍ਰਬੰਧਕ ਇਸ ਪਾਸੇ ਵੱਲ ਤੁਰਦੇ ਨੇ, ਪਰ ਦੂਸਰੇ ਪਾਸੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਜੋ ਪ੍ਰਚਾਰ ਇਸ ਵੇਲੇ ਹੋ ਰਿਹਾ ਹੈ ਉਸ ਦੇ ਨਾਲੋਂ ਨਾਲ ਦੂਸਰੇ ਪਾਸੇ ਇਹ ਜੋ ਧਾਗੇ ਤਵੀਰ ਦੇਣ ਵਾਲੇ ਨੇ, ਜੋ ਡੰਬੀ ਪਖੰਡੀ ਨੇ, ਜੋ ਪੁੱਛਿਆ ਦੇਣ ਵਾਲੇ ਨੇ, ਇਹਨਾਂ ਦਾ ਪ੍ਰਚਾਰ ਵੀ ਵੱਧ ਰਿਹਾ ਹੈ, ਇਸ ਬਾਰੇ ਤੁਹਾਡਾ ਕੀ ਖਿਆਲ ਹੈ? ਇਹਨਾਂ ਦਾ ਪ੍ਰਚਾਰ ਵਧਣ ਦਾ ਕਾਰਨ ਇਹੀ ਹੈ ਕਿ ਸਾਡਾ ਸਰਕਲ ਜਿਹੜਾ ਹੈ ਉਹ ਪੇਂਡੂ ਹੈ। ਪੇਂਡੂ ਲੋਕ ਜ਼ਿਆਦਾ ਇਹਨਾਂ ਲੋਕਾਂ ਨੂੰ ਮੰਨਦੇ ਨੇ, ਧਾਗਿਆਂ ਤਵੀਤਾਂ 'ਤੇ ਵਿਸ਼ਵਾਸ ਰੱਖਦੇ ਨੇ। ਇਹਨਾਂ ਲੋਕਾਂ ਦੇ ਕੋਲੋਂ ਕੁਝ ਧਾਤਾਂ ਨੇ ਜਿਨ੍ਹਾਂ ਤੋਂ ਇਹ ਕੰਮ ਲੈ ਰਹੇ ਨੇ, ਜਿਨ੍ਹਾਂ ਦੇ ਨਾਲ ਬੰਦੇ ਦਾ ਸਿਰ ਮਾਰਨਾ ਕਿ ਜੇ ਜਾਨਵਰ ਨੂੰ ਵੀ ਧੂਫ ਦੇ ਦਿੱਤੀ ਜਾਏ ਤਾਂ ਉਹ ਵੀ ਸਿਰ ਮਾਰੇਗਾ। ਇਸ ਕਰਕੇ ਲੋੜ ਹੈ ਇਹਨਾਂ ਲੋਕਾਂ ਤੋਂ ਬਚਿਆ ਜਾਏ। ਜੋ ਕੁਝ ਵੀ ਕਰਨਾ ਹੈ ਉਹ ਸਿੱਖੀ ਸਿਧਾਂਤ ਨੂੰ ਮੁੱਖ ਰੱਖ ਕੇ ਹੀ, ਸਾਡਾ ਧਰਮ ਸਾਨੂੰ ਇਜਾਜ਼ਤ ਨਹੀਂ ਦਿੰਦਾ ਅਸੀਂ ਕਿਸੇ ਨਕਲੀ ਦੇ ਪੈਰ ਪੂਜੀਏ, ਕਿਸੇ ਤੋਂ ਧਾਗੇ ਤਵੀਤ ਲੈ ਕੇ ਪਾਈਏ, ਕਿਉਂਕਿ ਸਾਨੂੰ ਸਤਿਗੁਰ ਨੇ ਸ੍ਰੀ ਸਾਹਿਬ ਬਖਸ਼ਿਸ਼ ਕੀਤੀ ਹੈ। ਅਸੀਂ ਖਾਲਸੇ ਹਾਂ, ਗੁਰੂ ਦੇ ਸਿੱਖ ਹਾਂ, ਇਹਦੇ ਉੱਤੇ ਸਾਨੂੰ ਵੀ ਅਤੇ ਸਾਡੀ ਕੌਮ ਨੂੰ ਮਾਣ ਚਾਹੀਦਾ ਹੈ। ਗੁਰੂ ਕਿਰਪਾ